ਬੜੇ ਪੋਜ਼ ਬਣ ਰਹੇ ਨੇ ਹੈ। ਅਸੀਂ ਵੀ ਰੀਲ ਬਣਾ ਲਈਏ ਇੱਕ ਤੁਹਾਡੇ ਨਾਲ। ਕੁੜੀਆਂ ਵੀ ਲੈਣ ਆਉਂਦੀਆਂ ਹੋਣਗੀਆਂ ਜੁੱਤੀਆਂ, ਤੇ ਫਿਰ ਕੁੜੀਆਂ ਵੈਸੇ ਜੁੱਤੀਆਂ ਪਾਉਣ ਲਈ ਲੈਂਦੀਆਂ ਕਿ ਲਾਉਣ ਲਈ ਲੈਂਦੀਆਂ, ਇਹ ਦੱਸੋ ਪਹਿਲਾਂ। ਦੋਨੇ ਜੀ, ਉਹ ਤਾਂ ਡਿਸਾਈਡ ਹੈ ਨਾ, ਉਹ ਤਾਂ ਪਰਸਨ ਤੇ ਡਿਸਾਈਡ ਹੈ। ਅੱਛਾ, ਫਿਰ ਦੂਜੀ ਲੋੜ ਜੇ ਵੀ ਜੁੱਤੀ ਲੈਣੀ ਹੈ ਫਿਰ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੁਸੀਂ, ਹੈ ਨਾ? ਬਿਲਕੁਲ, ਅਸੀਂ ਕਈ ਵਾਰ ਨਾ ਸੰਡੇ ਤੇ ਸੰਡੇ ਪ੍ਰੋਗਰਾਮ ਬਣਾ ਲੈਂਦੇ ਹੈਗੇ ਘੁੰਮਣ ਦਾ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਮੁੰਡੇ ਜੇ ਕੋਈ ਪ੍ਰੋਗਰਾਮ ਬਣਾਉਂਦੇ ਆ ਤੇ ਦੋਸਤਾਂ ਨਾਲ ਹੀ ਬਣਾਉਂਦੇ, ਵੀ ਘਰ ਵਾਲੀ ਨਾਲ ਨਹੀਂ ਬਣਾਉਂਦੇ? ਓ ਨੋ, ਤੇ ਤੁਸੀਂ ਇੱਥੇ ਇਕੱਲੇ ਆਏ ਹੋ? ਨਹੀਂ ਜੀ, ਫਰੈਂਡ ਆਇਆ ਮੇਰੇ ਨਾਲ, ਉਹ ਤੁਹਾਨੂੰ ਦੇਖ ਕੇ ਥੱਲੇ ਕੇ ਚੱਲ ਗਿਆ। ਉਹ ਸ਼ਰਮਾ ਗਿਆ, ਇੰਨੀ ਮਾੜੀ ਸੋਹਣੀ ਤਾਂ ਲੱਗ ਰਹੀ ਹੈ ਨਾ, ਇੰਨੀ ਮਾੜੀ ਤਾਂ ਨਹੀਂ ਲੱਗ ਰਹੀ? ਸ਼ਰਮਾ ਗਿਆ ਤਾਂ ਕਰਕੇ। ਕਿੱਥੇ ਚੱਲੇ ਹੋ? ਮੈਨੂੰ ਹੀ ਘੁਮਾਤਾ ਇਹਨਾਂ ਨੇ, ਹੋਰ ਤਾਂ ਕੀ ਸੀ। ਆਓ ਤੁਹਾਨੂੰ ਅੱਜ ਬਠਿੰਡੇ ਦਾ ਮਾਲ ਦਿਖਾਈ ਦਿੰਦੇ ਹਾਂ, ਕਿਉਂਕਿ ਸਾਡੇ ਕੋਲ ਇੱਕੋ ਹੀ ਆ ਨਾ। ਸੋ ਤੁਸੀਂ ਦੇਖੋ ਵੀ ਐਤਵਾਰ ਨੂੰ ਲੋਕ ਵਿਹਲੇ ਨੇ ਤੇ ਖੜੇ ਨੇ ਆਰਾਮ ਨਾਲ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਹੋ ਤੁਸੀਂ? ਵਧੀਆ ਜੀ। ਇੱਥੇ ਖੜੇ ਹੋ, ਕਿਹਨੂੰ ਉਡੀਕਦੇ ਹੋ? ਉਹ ਬਾਈ ਜੀ ਨੂੰ ਉਡੀਕ ਰਹੇ ਆ ਰਹੇ ਆ। ਅੱਛਾ ਅੱਛਾ, ਹਾਂਜੀ ਜੀ। ਕੀ ਪ੍ਰੋਗਰਾਮ ਬਣਾਇਆ ਹੋਇਆ ਫਿਰ ਅੱਜ? ਕੁਛ ਨਹੀਂ, ਬਸ ਘੁੰਮਣ ਆਏ ਸੀ, ਇੰਜੋਏ ਕਰਨ ਆਏ ਸੀਗੇ। ਅੱਛਾ, ਕਿੱਥੋਂ ਆਏ? ਮੁਕਸਰੋਂ ਜੀ। ਮੁਕਸਰੋਂ ਬਠਿੰਡੇ ਆ ਗਏ, ਬਠਿੰਡੇ ਕਿਉਂ ਆਏ ਤੁਸੀਂ ਫਿਰ? ਵੈਸੇ ਘੁੰਮਣ ਆਏ ਆ, ਜਿਹੜੇ ਆਈ ਆ ਦੁਬਾਰਾ ਆਉਂਦੇ ਆ। ਅੱਛਾ ਅੱਛਾ, ਹਾਂਜੀ ਹਾਂਜੀ। ਅੱਛਾ, ਤੇ ਫਿਰ ਇੱਥੇ ਮਾਲ ਦੇ ਵਿੱਚ ਹੀ ਆਉਂਦੇ ਹੋ ਜਾਂ ਕਿਤੇ ਹੋਰ ਵੀ ਜਾਂਦੇ ਹੋ? ਹੋਰ ਵੀ ਕਿਤੇ ਘੁੰਮ ਕੇ ਆਈਦਾ ਜੀ। ਅੱਛਾ ਅੱਛਾ, ਹਾਂਜੀ ਹਾਂਜੀ। ਤੇ ਅੱਜ ਕੀ ਕਰਨ ਵਾਲੇ ਹੋ ਤੁਸੀਂ ਖਾਸ? ਹਾਂਜੀ, ਅੱਜ ਕੀ ਕਰਨ? ਕੁਛ ਨਹੀਂ, ਵੈਸੇ ਹੀ ਬਸ ਘੁੰਮ ਕੇ ਹੁਣ ਚੱਲੇ ਆ ਘਰ ਨੂੰ। ਅੱਛਾ ਅੱਛਾ, ਹੋ ਗਿਆ, ਢਿੱਡ ਭਰ ਗਿਆ ਘੁੰਮ ਕੇ? ਹਾਂਜੀ ਹਾਂਜੀ। ਅੱਛਾ, ਤੁਹਾਡੇ ਦੋਸਤ ਨਾਲ ਆਉਂਦੇ ਨੇ ਤੁਹਾਡੇ ਨਾਲ? ਹਾਂਜੀ ਹਾਂਜੀ। ਓਕੇ, ਕਿੱਥੇ ਨੇ ਦੋਸਤ? ਇਹ ਵੀ ਤੁਹਾਡੇ ਦੋਸਤ ਨੇ? ਅੱਛਾ, ਦੋਸਤ ਸਾਰੇ ਨੇਗੇ, ਹੈ ਨਾ? ਤੇ ਮੈਂ ਸਾਰੇ ਦੋਸਤਾਂ ਨੂੰ ਪੁੱਛ ਲੈਂਦੀ ਹਾਂ। ਸੋ ਦੋਸਤ ਦੋਸਤ ਇਕੱਠੇ ਹੋ ਕੇ ਘੁੰਮਣ ਆਏ ਨੇ, ਮੈਂ ਕਿਹਾ ਗੱਲਬਾਤ ਕਿਉਂ ਨਾ ਕੀਤੀ ਜਾਵੇ। ਕਿੱਦਾਂ ਹੋ ਵੀਰ ਜੀ? ਠੀਕ ਹੋ? ਬਹੁਤ ਵਧੀਆ ਜੀ। ਅੱਛਾ, ਤੇ ਕਿਵੇਂ ਲੱਗਦਾ ਜਦੋਂ ਤੁਸੀਂ ਯਾਰਾਂ ਦੋਸਤਾਂ ਦੇ ਨਾਲ ਇੱਕ ਸਪੈਸੀਫਿਕ ਥਾਂ ਤੇ ਘੁੰਮਣ ਵਾਸਤੇ ਆਉਂਦੇ ਹੋਗੇ? ਅਸੀਂ ਕਈ ਵਾਰ ਨਾ ਸੰਡੇ ਤੇ ਸੰਡੇ ਪ੍ਰੋਗਰਾਮ ਬਣਾ ਲੈਂਦੇ ਹੈਗੇ ਘੁੰਮਣ ਦਾ। ਚਲੋ, ਨੇੜੇ ਤੇੜੇ ਆਪਣੀ ਇਹੀ ਜਗ੍ਹਾ ਬਠਿੰਡਾ ਆ ਜਾਂਦੇ, ਅਸੀਂ ਮੁਕਤਸਰ ਸਾਹਿਬ ਤੋਂ ਆਏ ਹਾਂ। ਅੱਛਾ, ਹਾਂ ਬਿਲਕੁਲ, ਮੈਨੂੰ ਦੱਸਿਆ। ਤੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਮੁੰਡੇ ਜੇ ਕੋਈ ਪ੍ਰੋਗਰਾਮ ਬਣਾਉਂਦੇ ਆ ਤੇ ਦੋਸਤਾਂ ਨਾਲ ਹੀ ਬਣਾਉਂਦੇ, ਵੀ ਘਰ ਵਾਲੀ ਨਾਲ ਨਹੀਂ ਬਣਾਉਣਾ? ਮੁੰਡਿਆਂ ਦਾ ਅਚਨਚੇਤ ਬਣ ਜਾਂਦਾ ਹੈ। ਅੱਛਾ, ਅਚਨਚੇਤ ਕਹਿੰਦਾ ਚਲੋ ਚਲੀਏ, ਤੇ ਫਿਰ ਕੁੜੀਆਂ ਨਹੀਂ ਬਣਾਉਂਦੀਆਂ? ਕੁੜੀਆਂ ਦਾ ਫਿਰ ਫੈਮਿਲੀ ਦਾ ਫਿਰ ਟੂਰ ਦਾ ਔਖਾ ਹੋ ਜਾਂਦਾ ਫਿਰ ਜ਼ਿਆਦਾ। ਜ਼ਿਆਦਾ ਇਹ ਵੀ ਹੁੰਦਾ ਨਾ, ਤਿਆਰ ਹੋਣ ਤੇ ਵੀ ਟਾਈਮ ਲੱਗਦਾ ਥੋੜਾ ਜਿਹਾ, ਹੈ ਨਾ? ਫਿਰ ਤੁਹਾਨੂੰ ਇਹ ਅਸੀਂ ਬੰਡੀ ਬੈਠੇ ਸੀਗੇ, ਪ੍ਰੋਗਰਾਮ ਬਣ ਗਏ, ਚਲੋ ਘੁੰਮਿਆ ਨੇ ਬਠਿੰਡੇ ਜਾ ਕੇ। ਅੱਛਾ, ਬਸ ਇੰਨੇ। ਕਿੰਨੇ ਕੁ ਟਾਈਮ ਤੋਂ ਤੁਸੀਂ ਦੋਨੋਂ ਦੋਸਤ ਹੋ? ਤੁਸੀਂ ਵੀ ਇੱਧਰ ਆ ਜਾਓ, ਮੈਂ ਦੋਨਾਂ ਨਾਲ ਹੀ ਗੱਲ ਕਰਾਂਗੀ। ਨਹੀਂ ਮੈਡਮ, ਇੱਧਰ ਹੀ ਗੱਲ ਹੋਊਗੀ। ਹਾਂਜੀ, ਕਿੰਨੇ ਕੁ ਟਾਈਮ ਤੋਂ ਤੁਸੀਂ ਦੋਨੋਂ ਦੋਸਤ? ਬਹੁਤ ਟਾਈਮ ਹੋ ਗਿਆ ਜੀ, ਮਤਲਬ 7-8 ਸਾਲ ਹੋ ਗਏ। ਹਾਂਜੀ ਹਾਂਜੀ, ਠੀਕ ਹੈ। ਤੇ 7-8 ਸਾਲਾਂ ਦੀ ਦੋਸਤੀ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਲੋਕ ਕਿੱਦਾਂ ਦੇ ਆ, ਹੈ ਨਾ? ਤੇ ਤੁਸੀਂ ਇੰਨੇ ਸਮੇਂ ਤੋਂ ਆਪਦੀ ਦੋਸਤੀ ਨੂੰ ਕਿਵੇਂ ਬਰਕਰਾਰ ਰੱਖਿਆ? ਰਿਲੇਸ਼ਨਸ਼ਿਪ ਤੇ ਡਿਪੈਂਡ ਕਰਦਾ, ਰਿਲੇਸ਼ਨਸ਼ਿਪ ਤੁਸੀਂ ਚੰਗੀ ਰੱਖੋਗੇ ਇੱਕ ਦੂਜੇ ਦੇ ਪ੍ਰਤੀ ਤੇ ਚੰਗਾ, ਤਾਂ ਅਸੀਂ ਟਾਈਮ ਜੰਗਾ ਲੌਂਗ ਟਾਈਮ ਦੋਸਤੀ ਨਿਭ ਜਾਂਦੀ ਹੈ। ਕਿਉਂਕਿ ਦੁੱਖ ਸੁੱਖ ਦੇ ਵਿੱਚ ਜਿਹੜਾ ਖੜਦਾ ਉਹ ਹੀ ਅਸਲ ਯਾਰ ਹੁੰਦਾ, ਤੇ ਤੁਸੀਂ ਜਦੋਂ ਲੋੜ ਪੈਂਦੀ ਫਿਰ ਪਹਿਲਾਂ ਕਿਹਨੂੰ ਫੋਨ ਕਰਦੇ ਹੋ? ਦੋਸਤ ਹੀ ਹੁੰਦੇ ਜਿਹੜੇ ਕਰਦੇ ਹੈਗੇ ਫੋਨ, ਜੇ ਕੋਈ ਵਿਪਤਾ ਪੈ ਜਾਂਦੀ ਹੈ ਕੋਈ, ਅਸੀਂ ਨਾ ਕੰਮ ਵੀ ਸਾਂਝਾ ਕਰ ਦਿੰਦੇ ਹਾਂ ਕਈ ਵਾਰੀ, ਕੋਈ ਗੱਡੀਆਂ ਦਾ ਜਾਂ ਕੁਛ ਇਸ ਤਰ੍ਹਾਂ ਕਰਕੇ। ਅੱਛਾ, ਮਤਲਬ ਇਹ ਵੀ ਹੁੰਦਾ ਨਾ ਕਈ ਵਾਰ ਕੰਮ ਦੇ ਵਿੱਚ ਪੈ ਜਾਂਦੇ ਤਾਂ ਬੰਦਾ ਬਿਜ਼ਨਸ ਮਾਈਂਡਡ ਹੋ ਜਾਂਦਾ, ਲੜਾਈਆਂ ਵੀ ਹੋ ਜਾਂਦੀਆਂ ਨੇਗੀਆਂ, ਤਾਂ ਇੱਦਾਂ ਦਾ ਤਾਂ ਨਹੀਂ ਕੋਈ? ਥੋੜ੍ਹੀ ਬਹੁਤ ਨੋਕ ਝੋਕ ਹੁੰਦੀ ਰਹਿੰਦੀ ਸਾਡੀ। ਅੱਛਾ, ਮਾੜਾ ਮੋਟਾ ਚੱਲਦਾ ਰਹਿੰਦਾ? ਹਾਂ, ਚੱਲਦਾ ਰਹਿੰਦਾ, ਪਰ ਉਹ ਟੈਂਪਰੇਰੀ ਹੁੰਦਾ ਨਾ। ਟੈਂਪਰੇਰੀ ਹੁੰਦਾ, ਠੀਕ ਹੈ ਠੀਕ ਹੈ। ਜੋੜੀ ਸਲਾਮਤ ਰਹੇ ਤੁਹਾਡੀ ਦੋਸਤਾਂ ਦੀ, ਹੈ ਨਾ, ਬਰਕਰਾਰ ਰਹੇ ਇਦਾਂ ਹੀ। ਸਤਿ ਸ਼੍ਰੀ ਅਕਾਲ ਜੀ। ਕੀ ਦੇਖ ਰਹੇ ਸੀ ਥੱਲੇ ਤੁਸੀਂ? ਇੰਨਾ ਵੈਸੇ ਖੜੇ ਸੀ, ਕੁਝ ਮਿਲਿਆ ਕਿ ਨਹੀਂ ਦੇਖਣ ਨੂੰ? ਦੇਖਣ ਨੂੰ ਕੀ, ਬਸ ਵੈਸੇ ਹੀ ਆਏ ਮਾਲ ਘੁੰਮਣ। ਅੱਛਾ, ਵੈਸੇ ਘੁੰਮਣਾ, ਫਿਲਮ ਫੁਲਮ ਨਹੀਂ ਦੇਖਣ ਆਏ ਕੋਈ? ਸ਼ੌਂਕ ਹੀ ਨਹੀਂ ਗਈ, ਮੋਬਾਈਲਾਂ 'ਚ ਹੀ ਦੇਖ ਲੈਂਦੇ। ਅੱਛਾ, ਅੱਜ ਕੱਲ੍ਹ ਤਾਂ ਐਡਵਾਂਸ ਹੋਇਆ ਪੈਣਾ ਵੀ ਸਿਨੇਮੇ 'ਚ ਜਾਣ ਦੀ ਲੋੜ ਹੀ ਨਹੀਂ ਫੋਨਾਂ 'ਤੇ ਆ। ਹਾਂਜੀ ਹਾਂਜੀ। ਅੱਛਾ, ਤੇ ਫੋਨ ਕਿੰਨਾ ਕੁ ਚਲਾਉਂਦੇ ਹੋ ਤੁਸੀਂ? ਫੋਨ ਘੱਟ ਹੀ ਚਲਾਈਦਾ ਜੀ, ਕੰਮ ਆਪਦਾ ਤਾਂ ਕਰਕੇ। ਅੱਛਾ ਅੱਛਾ, ਕੀ ਕਰਦੇ ਹੋ?
ਬਿਜ਼ਨਸ ਹੈ ਮੇਰਾ ਪੰਜਾਬੀ ਜੁੱਤੀਆਂ ਦਾ ਜੀ। ਤੈਨੂੰ ਪਤਾ ਮਾਰਨ ਵਾਲੀਆਂ ਵੀ ਹੁੰਦੀਆਂ ਨੇ ਤੇ ਉਹਨਾਂ ਚ ਕਿਹੜੀਆਂ ਜੁੱਤੀਆਂ ਦਿੰਦੇ ਹੋ ਤੁਸੀਂ? ਦੋਨੇ ਜੀ, ਉਹ ਤਾਂ ਡਿਸਾਈਡ ਹੈ ਨਾ, ਉਹ ਤਾਂ ਪਰਸਨ ਤੇ ਡਿਸਾਈਡ ਹੈ। ਅੱਛਾ, ਫਿਰ ਦੂਜੀ ਲੋਟ ਜੇ ਵੀ ਜੁੱਤੀ ਲੈਣੀ ਹੈ ਫਿਰ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੁਸੀਂ, ਹੈ ਨਾ? ਬਿਲਕੁਲ ਜੀ, ਬਟ ਸਾਡੇ ਕੋਲ ਸਿੰਗਲ ਪੀਸ ਨਹੀਂ ਹੁੰਦਾ, ਸੈੱਟ ਦੇ ਹਿਸਾਬ ਨਾਲ ਮਿਲਦਾ। ਅੱਛਾ, ਤੇ ਤੁਸੀਂ ਇੱਥੇ ਇਕੱਲੇ ਆਏ ਹੋ? ਨਹੀਂ ਜੀ, ਫਰੈਂਡ ਆਇਆ ਮੇਰੇ ਨਾਲ, ਉਹ ਤੁਹਾਨੂੰ ਦੇਖ ਕੇ ਥੱਲੇ ਕੇ ਚੱਲ ਗਿਆ। ਉਹ ਸਰ ਮਾਰ ਇੰਨੀ ਮਾੜੀ ਸੋਹਣੀ ਤਾਂ ਲੱਗ ਰਹੀ ਹੈ ਨਾ, ਇੰਨੀ ਮਾੜੀ ਤਾਂ ਨਹੀਂ ਲੱਗ ਰਹੀ, ਆ ਗਿਆ ਤਾਂ ਕਰਕੇ। ਅੱਛਾ, ਵੈਸੇ ਸ਼ਰਮਾਉਣਾ ਮੈਨੂੰ ਚਾਹੀਦਾ ਸੀ, ਸ਼ਰਮਾ ਹੋ ਗਿਆ। ਉਹ ਸਾਡਾ ਭਰਾ ਹੈ ਜੀ ਨਾ, ਫਿਰ ਉਹ ਕੁੜੀਆਂ ਤੋਂ ਦੂਰ ਰਹਿੰਦਾ ਤਾਂ ਕਰਕੇ। ਅੱਛਾ, ਤੇ ਤੁਸੀਂ ਕਿੱਥੋਂ ਆਏ ਹੋ? ਮਲੋੜ ਤੋਂ ਜੀ। ਤੁਸੀਂ ਮਲੋੜ ਤੋਂ ਬਠਿੰਡੇ ਆਏ ਹੋ, ਇੱਥੇ ਆਉਣ ਦਾ ਕਾਰਨ? ਇੱਥੇ ਆਉਣ ਦਾ ਕਾਰਨ ਇਹ ਸੀ, ਬਸ ਉਹਦਾ ਫੋਨ ਆਇਆ ਕਹਿੰਦਾ ਬਠਿੰਡੇ ਚੱਲੀ, ਮੈਂ ਚੱਲੋ। ਅੱਛਾ, ਕਾਰਨ ਕੋਈ ਨਹੀਂ, ਬਸ ਜਦੋਂ ਜੀ ਕਰਦਾ ਆਏ ਜੀ। ਅੱਛਾ, ਇੱਥੇ ਆ ਕੇ ਕਿਵੇਂ ਲੱਗਦਾ? ਬਸ ਠੀਕ ਹੀ ਹੈ, ਜੋ ਵੀ ਹੈ, ਮਜ਼ੇ ਮਾਰਨ ਆਉਂਦੇ ਆ, ਟਾਈਮ ਪਾਸ ਕਰ ਲਈਦਾ। ਅੱਛਾ, ਟਾਈਮ ਪਾਸ ਕਰਦੇ ਹੋ ਜੀ? ਸੀਰੀਅਸ ਵੀ ਹੋ ਜਾਓ। ਸੀਰੀਅਸ ਹੋਣ ਨੂੰ ਕੁਝ ਨਹੀਂ ਰੱਖਿਆ, ਬਸ ਮੈਚ ਖੇਡ, ਕ੍ਰਿਕਟ ਖੇਡ ਕੇ ਆਏ, ਟੂਰਨਾਮੈਂਟ ਇੱਥੇ ਆ ਕੇ ਬਸ। ਉਸ ਤੋਂ ਬਾਅਦ ਕਿਹੜਾ ਫੇਵਰਿਟ ਪਲੇਅਰ ਆ ਤੁਹਾਡਾ? ਵਿਰਾਟ ਕੋਹਲੀ। ਕੋਹਲੀ ਦੇ ਫੈਨ ਨੇ, ਕੋਹਲੀ ਸਾਹਿਬ ਦੇਖਿਓ ਜ਼ਰੂਰ ਇਹਨਾਂ ਨੂੰ। ਚਲੋ ਠੀਕ ਹੈ, ਧੰਨਵਾਦ ਵੀਰ। ਥੈਂਕ ਯੂ। ਕਿੱਥੇ ਚੱਲੇ ਹੋ? ਮੈਨੂੰ ਹੀ ਘੁਮਾਤਾ ਇਹਨਾਂ ਨੇ, ਹੋਰ ਤਾਂ ਕੀ ਸੀ। ਬੜੇ ਪੋਜ਼ ਬਣ ਰਹੇ ਨੇ, ਹੈ? ਅਸੀਂ ਵੀ ਰੀਲ ਬਣਾ ਲਈਏ ਇੱਕ ਤੁਹਾਡੇ ਨਾਲ, ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੱਦਾਂ ਹੋ ਵੀਰੇ, ਠੀਕ ਹੋ ਤੁਸੀਂ? ਠੀਕ ਹੈ ਜੀ। ਅੱਛਾ, ਬੜੀਆਂ ਫੋਟੋਆਂ ਹੋ ਰਹੀਆਂ ਸੀਗੀਆਂ, ਇਹ ਫੋਟੋ ਅਪਲੋਡ ਕਰਨੀ ਹੈ ਕਿ ਭੇਜਣੀ ਹੈ ਕਿਤੇ? ਅਪਲੋਡ ਕਰਨੀ ਹੈ, ਭੇਜਣੀ ਕਿੱਥੇ ਜੀ। ਅੱਛਾ, ਬੜਾ ਸ਼ੌਂਕ ਆ ਤੁਹਾਨੂੰ ਫੋਟੋਆਂ ਕਰਾਉਣ ਦਾ, ਹੈ? ਬਸ ਘੁੰਮਣ ਆ ਗਏ। ਅੱਛਾ ਅੱਛਾ, ਕਿੱਥੋਂ ਆਏ ਹੋ? ਇੱਧਰ ਸਿਰਕੀ ਬਾਜ਼ਾਰ ਤੋਂ। ਅੱਛਾ, ਸਿਰਕੀ ਬਾਜ਼ਾਰ ਤੋਂ ਇੱਥੇ ਫਿਰ ਮਾਲ ਦੇ ਵਿੱਚ ਆਏ। ਅੱਛਾ, ਫਿਰ ਕੁਛ ਕੀ ਕੀਤਾ ਤੁਸੀਂ ਇੱਥੇ ਖਾਸ ਆ ਕੇ? ਕੁਛ ਲਿਆ, ਖਰੀਦਿਆ, ਖਾਧਾ? ਮੈਂ ਗੇਮ ਖੇਡਿਆ ਸੀ। ਅੱਛਾ, ਕਿਹੜੀ ਗੇਮ ਖੇਡ ਕੇ ਆਏ ਸੀ? ਕਾਰ। ਕਾਰ ਚਲਾ ਕੇ ਆਏ ਹੋ? ਵਾਹ, ਕੋਈ ਦੇਖਿਓ ਬੰਦਾ ਬੁੰਦਾ ਤਾਂ ਨਹੀਂ ਥੱਲੇ ਦੇਤਾ? ਨਾ ਨਾ। ਅੱਛਾ ਅੱਛਾ, ਸ਼ਰਮਾਨ ਬੜਾ ਲੱਗ ਗਿਆ ਤੁਸੀਂ। ਮੈਂ ਕਦੇ ਕਰਿਆ ਹੀ ਨਹੀਂ ਨਾ। ਅੱਛਾ, ਜਿਵੇਂ ਫੋਟੋ ਕਰਾ ਰਹੇ ਸੀਗੇ ਤਾਂ ਫਿਰ ਉਦੋਂ ਤਾਂ ਤੁਹਾਨੂੰ ਸੰਗ ਲੱਗੀ ਨਹੀਂ ਹੈਗੀ, ਹੁਣ ਸੰਗ ਲੱਗਣ ਲੱਗ ਗਈ? ਉਹ ਤਾਂ ਹੈ ਜੀ। ਅੱਛਾ, ਤੇ ਕੀ ਨਾਮ ਹੈ ਤੁਹਾਡਾ? ਸੁਪੇਂਦਰ। ਸੁਪੇਨ? ਸੁਪੇਨ, ਸੋਸ਼ਲ ਮੀਡੀਆ ਕਿੰਨਾ ਕੁ ਚਲਾਉਂਦੇ ਹੋ ਤੁਸੀਂ? ਮੈਂ ਤਾਂ ਜ਼ਿਆਦਾ ਤਾਂ ਹੈਗਾ ਨਹੀਂ, ਹਜ਼ਾਰ ਨਾਲ ਫੋਟੋ ਕਰਾ ਰਹੇ ਸੀ ਲੱਗਦਾ ਚਲਾਉਂਦੇ ਹੋ। ਚਲਾ ਤਾਂ ਨਾਲ ਤਾਂ ਹੈਗਾ ਨਹੀਂ। ਅੱਛਾ, ਫਿਲਮਾਂ ਦੇਖਣ ਦਾ ਕਿੰਨਾ ਕੁ ਸ਼ੌਂਕ ਆ ਤੁਹਾਨੂੰ? ਫਿਲਮਾਂ ਤਾਂ ਹੈਗਾ ਸਰ, ਫਿਰ ਵੀ ਰੀਲ ਜ਼ਿਆਦਾ ਦੇਖਦਾ ਮੈਂ। ਰੀਲ ਜ਼ਿਆਦਾ ਦੇਖਦੇ? ਕੌਣ ਸੀ ਰੀਲ ਟ੍ਰੈਂਡਿੰਗ ਪੇ ਆਜ? ਆਜ ਤੋ ਆਈ ਹੈ, ਮੈਂ ਤਾਂ ਆਪਦੀ ਖੁਦ ਬਣਾਤਾ ਹੂੰ, ਜੋ ਟ੍ਰੈਂਡਿੰਗ ਪੇ ਹੋਤਾ ਮੈਂ ਵਹੀ ਬਣਾਤਾ ਹੂੰ। ਕੌਣ ਸੀ ਵਾਲੀ ਬਣਾਤੇ ਹੋ ਟ੍ਰੈਂਡਿੰਗ ਰੀਸੈਂਟਲੀ, ਕੋਈ ਬਣਾਈ ਹੋ? ਆਪ ਬਣਾਤੇ ਹੈ, ਜੋ ਆਤਾ ਹੈ ਵਹੀ ਬਣਾਤੇ। ਕੌਣ ਸੀ ਫਿਰ ਵੀ ਬਤਾਓ, ਟ੍ਰੈਂਡਿੰਗ ਮੇਂ ਕੌਣ ਸੀ ਚੱਲ ਰਹੀ ਹੈ? ਮੈਨੂੰ ਪਤਾ ਨਹੀਂ ਨਾ, ਮੈਂ ਚਲਾਤੀ ਨਹੀਂ ਹੂੰ। ਮੈਂ ਤਾਂ ਸਾਰੇ ਦੇਖਤਾ ਹੂੰ ਜੋ ਆਤੇ, ਮੈਂ ਇਤਨਾ ਜ਼ਿਆਦਾ ਧਿਆਨ ਨਹੀਂ ਦੇਤਾ ਨਾ। ਅੱਛਾ, ਫਿਰ ਵੀ ਕੋਈ ਪਸੰਦ ਤਾਂ ਆਤੀ ਹੈ ਨਾ ਰੀਲ? ਪਸੰਦ ਤਾਂ ਸਾਰੀ ਆਤੀ ਹੈ। ਕਿਹੜੀ ਪਸੰਦ ਆਤੀ ਹੈ? ਸਾਰੀ ਪਸੰਦ ਆਤੀ, ਜੋ ਆਤੀ ਰੀਲ ਵਹੀ ਸਾਰੀ ਪਸੰਦ ਆਤੀ। ਅੱਛਾ, ਜਿਹੜੀ ਆਉਂਦੀ ਹੈ ਬਈ ਇਹਨਾਂ ਨੂੰ ਪਸੰਦ ਹੈ ਰੀਲ, ਹੈ? ਅੱਛਾ, ਜਬ ਆਪ ਫੋਨ ਖੋਲਤੇ ਹੋ ਕਈ ਵਾਰ, ਇੰਸਟਾਗ੍ਰਾਮ ਚਲਾਤੇ ਹੋ, ਤਾਂ ਆਪਕੋ ਜ਼ਿਆਦਾ ਰੀਲਸ ਕੌਣ ਸੀ ਸ਼ੋ ਹੋਤੀ ਹੈ? ਮੇਰੇ ਤਾਂ ਮੇਰੇ ਉੱਧਰ ਸ਼ੋ ਹੋਤੀ ਹੈ, ਬਾਰਾਬੰਕੀ ਜ਼ਿਆਦਾ ਵਧੀਆ ਫੋਲੋ ਕਰ ਰੱਖਿਆ ਨਾ। ਅੱਛਾ, ਠੀਕ ਹੈ ਠੀਕ ਹੈ। ਅਤੇ ਤੁਹਾਡਾ ਦੋਸਤ ਬਹਿ ਗਿਆ, ਅੱਕ ਗਿਆ ਨਾ, ਕੀ ਹੋ ਗਿਆ? ਉਹ ਨਹੀਂ, ਕੈਮਰਾਮੈਨ ਖੁਦ ਜਿਹੜਾ ਫੋਟੋਆਂ ਖਿੱਚਦੇ ਅਤੇ ਸਾਡੇ ਕੋਲੋਂ ਭੱਜਦਾ ਜਾਂਦਾ। ਚਲੋ, ਇਹ ਤਾਂ ਗਿਆ ਜੀ ਭੱਜ, ਅਤੇ
ਤੁਸੀਂ ਦੱਸੋ ਵੀ ਭਾਈ ਫਿਰ ਹੁਣ ਸ਼ੋਅ ਦੇਖ ਕੇ ਗਏ ਹੋ ਰੱਜ ਕੇ ਨਹੀਂ, ਕਿਉਂਕਿ ਅਸੀਂ ਪਹੁੰਚੇ ਸੀਗੇ ਮਾਲ ਦੇ ਵਿੱਚ, ਗੱਲਾਂ ਬਾਤਾਂ ਕੀਤੀਆਂ, ਅਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਆ, ਹਰ ਇੱਕ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਂਦਾ, ਰੀਲਾਂ ਵੇਖਦਾ, ਅਤੇ ਯਾਰੀ ਦੋਸਤੀ 'ਤੇ ਵੀ ਅਸੀਂ ਗੱਲਾਂ ਬਾਤਾਂ ਕੀਤੀਆਂ, ਸੋ ਅਹਿਮ ਕਹਿ ਲਓ ਗੱਲਾਂ ਹੋਈਆਂ, ਹਾਸੇ ਵੀ ਹੋਏ, ਖੇਡੇ ਵੀ ਹੋਣ, ਤੁਸੀਂ ਦੱਸੋ ਭਾਈ ਤੁਹਾਨੂੰ ਪਸੰਦ ਆਏ ਕਿ ਨਹੀਂ ਆਏ। ਸੋ ਮਿਲਦੇ ਹਾਂ ਜੀ ਅਗਲੇ ਸ਼ੋਅ ਦੇ ਵਿੱਚ, ਤਦ ਤੱਕ ਦੇ ਲਈ ਦਿਓ ਆ ਗਿਆ, ਸਤਿ ਸ਼੍ਰੀ ਅਕਾਲ।